ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਬੋਲ ਕੇ ਸਮਝਾਈ ਜਾਵੇ, ਕਈ ਵਾਰੀ ਸਿਰ ਵੀ ਖੋਲ੍ਹਣੇ ਪੈਂਦੇ। ਵੈਸੇ ਮੈਂ ਗੱਲਾਂ ਸਾਰੀਆਂ ਬੋਲ ਕੇ ਸਮਝਾਉਂਦਾ ਜੀ, ਪਰ ਅੱਜ ਮੇਰੇ ਨਾਲ ਥੋੜ੍ਹੇ ਖਤਰਨਾਕ ਜਿਹੇ ਬੰਦੇ ਨੇ, ਉਹਨਾਂ ਨੇ ਖਤਰਨਾਕ ਦੀ ਫਿਲਮ ਬਣਾਈ ਹੈ ਜਿਹਦਾ ਨਾਮ ਹੈ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਵੈਸੇ ਪੰਜਾਬ ਦੇ ਵਿਆਹਾਂ 'ਚ ਅਸਲ ਇਹ ਗਾਣਾ ਬੜੀ ਵਾਰੀ ਲੱਗਦਾ ਹੁੰਦਾ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਸੋ ਇਹਨੇ ਡਾਇਰੈਕਟਰ ਸਾਹਿਬ ਇਹਨਾਂ ਨੇ ਫਿਲਮ ਬਣਾਈ ਹੈ ਜੀ ਸਾਗਰ ਐਸ ਜੀ, ਅਤੇ ਮੇਰੇ ਨਾਲ ਫਿਲਮ ਦੀ ਹੋਰ ਵੀ ਟੀਮ ਹੈ। ਪਰ ਇੱਕ ਗੱਲ ਮੈਨੂੰ ਇਹ ਫਿਲਮ ਦੀ ਬੜੀ ਖਾਸੀਅਤ ਲੱਗੀ ਹੈ, ਜਿਵੇਂ ਮੈਂ ਸਟਾਰਟ ਕੀਤੀ ਹੈ ਨਾ, ਅਤੇ 7 ਟੀਜ਼ਰ ਆ ਚੁੱਕੇ ਨੇ ਇਸ ਫਿਲਮ ਦੇ, ਹਜੇ ਤੱਕ ਟ੍ਰੇਲਰ ਨਹੀਂ ਆਇਆ, ਪਰ ਹਰੇਕ ਟੀਜ਼ਰ ਦੇ ਵਿੱਚ ਹਰੇਕ ਕਰੈਕਟਰ ਨੂੰ ਡਿਫਾਈਨ ਕਰਨ ਦੇ ਲਈ ਇੱਕ ਲਾਈਨ ਹੈ। ਹਾਂ ਉਹ ਬੜੀ ਖੂਬਸੂਰਤ ਲੱਗੀ ਹੈ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਆ ਜਾਓ ਬਾਈ, ਤੁਸੀਂ ਕਿੱਥੇ ਭੱਜ ਰਹੇ? ਮੈਂ ਕਿਹਾ ਤੁਸੀਂ ਚੱਲ ਜਾਓ ਏਰੀਆ, ਥੋੜ੍ਹਾ ਜਿਹਾ ਏਰੀਆ ਜ਼ਿਆਦਾ ਚਾਹੀਦਾ ਹੁੰਦਾ। ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਸ ਚੜ੍ਹਦੀ ਕਲਾ। ਅਤੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਫਾਈਨਲੀ ਹੁਣ ਤੁਸੀਂ ਰਿਲੀਜ਼ ਕਰਨ ਵਾਲੇ ਹੋ, ਅਤੇ ਖਤਰਨਾਕ ਬੰਦੇ ਮੈਂ ਪਹਿਲਾਂ ਕਿਹਾ ਭਾਈ, ਮੈਨੂੰ ਦੱਬ ਕੇ ਰੱਖਣਾ ਇਹਨਾਂ ਨੇ। ਅਤੇ ਕਿੰਨਾ ਕੁ ਮਜ਼ਾ ਆਇਆ ਇਸ ਫਿਲਮ? ਬਹੁਤ ਮਜ਼ਾ ਆਇਆ, ਮਜ਼ਾ ਵਾਕਈ ਬਹੁਤ ਜ਼ਿਆਦਾ ਹੈ ਫਿਲਮ ਸ਼ੂਟ ਕਰਨ 'ਚ, ਕਿਉਂਕਿ ਐਕਸਾਈਟਿੰਗ ਫਿਲਮ ਹੈ, ਟਫ ਫਿਲਮ ਸੀਗੀ, ਐਜ਼ ਐਨ ਐਕਟਰ ਬੜੀ ਚੈਲੇਂਜਿੰਗ ਸੀਗੀ, ਇਸ ਕਰਕੇ ਮਜ਼ਾ ਬਹੁਤ ਆਇਆ ਜੀ। ਕਾਸਟ ਉਹੀ ਨੇ ਸਾਰੇ, ਮਿੱਤਰ ਪਿਆਰੇ ਤਾਂ ਹੋਰ ਜ਼ਿਆਦਾ ਮਜ਼ਾ ਆਉਂਦਾ, ਇਸ ਕਰਕੇ ਮਿੱਤਰਾਂ ਨੂੰ ਸ਼ੌਂਕ, ਮਿੱਤਰਾਂ ਨੂੰ ਸ਼ੌਂਕ ਅਤੇ ਮਿੱਤਰੀਆਂ ਨੂੰ ਸ਼ੌਂਕ ਇੱਥੇ ਰਹਿੰਦਾ ਹੈਗਾ, ਨਾਰਾਂ ਨੂੰ। ਚਲੋ ਨਾਰਾਂ ਨੂੰ ਸ਼ੌਂਕ ਹਥਿਆਰਾਂ ਦਾ, ਹਾਂ ਨਹੀਂ ਸਾਨੂੰ ਹਥਿਆਰਾਂ ਦਾ ਸ਼ੌਂਕ ਤਾਂ ਨਹੀਂ ਹੈ, ਗਾਲਾਂ ਗੁਲਾਂ ਦਾ ਹੈਗਾ। ਇਹ ਇਹ ਕੁੜੀ ਨੂੰ ਤੁਸੀਂ ਫਿਲਮ ਦੇ ਵਿੱਚ ਗਾਲਾਂ ਕੱਢਦੇ ਜ਼ਰੂਰ ਦੇਖੋਗੇ, ਟੀਜ਼ਰ ਦੇ ਵਿੱਚ ਦੇਖਿਆ ਹੋਊਗਾ। ਭਾਜੀ ਕਿਉਂ ਨਹੀਂ ਸਿਰਫ ਗਾਲਾਂ ਹੀ ਵੇਖੀਆਂ ਤੁਸੀਂ? ਤੁਸੀਂ ਇਹ ਨਹੀਂ ਦੇਖਿਆ ਕਿ ਉਸ ਕੁੜੀ ਨੂੰ ਮੁੰਡਾ ਤੰਗ ਕਰਕੇ ਜਾ ਰਿਹਾ, ਕੁੜੀ ਨੂੰ ਮੁੰਡੇ ਮਾਲ ਕਹਿੰਦੇ ਨੇ, ਟੋਟਾ ਕਹਿੰਦੇ ਨੇ, ਪੁਰਜਾ ਕਹਿੰਦੇ ਨੇ, ਉਹ ਨਹੀਂ ਕਿਸੇ ਨੇ ਨੋਟ ਕੀਤਾ। ਮੈਂ ਇਹ ਨੋਟ ਜ਼ਰੂਰ ਕਰਨਾ, ਕਿਉਂਕਿ ਇਹਦੀ ਤੁਹਾਡੀ ਜਿਹੜੀ ਟੈਗਲਾਈਨ ਹੈ ਨਾ, ਉਹ ਤੁਸੀਂ ਖੁਦ ਡਿਫਾਈਨ ਕਰੋ। ਉਹੀ ਹੈ ਕਿ ਮਤਲਬ ਜਿਹੜੇ ਕੁੜੀਆਂ ਨੂੰ ਛੇੜਦੇ ਨੇ, ਜਾਂ ਟੋਟਾ ਤੇ ਪੁਰਜਾ ਕਹਿਣ ਵਾਲਿਓ, ਸਾਨੂੰ ਟੋਟਾ ਤੇ ਪੁਰਜਾ ਕਹਿਣ ਵਾਲਿਓ, ਤੁਹਾਡੇ ਪੁਰਜੇ ਤਾਂ ਮੈਂ ਸੈੱਟ ਕਰਦੀ ਹਾਂ। ਇਹ ਗੁੱਡੀ ਪੁਰਜੇ ਸੈੱਟ ਕਰਨ ਵਾਲੀ ਹੈ, ਤੇ ਇਹਨਾਂ ਤੋਂ ਪੁਰਜੇ ਸੈੱਟ ਕਰਾਏ ਨੇ ਸਾਗਰ ਜੀ? ਹਾਂਜੀ, ਬੜਿਆਂ ਤੋਂ ਪੁਰਜੇ ਸੈੱਟ ਕਰਾਏ ਤੁਸੀਂ? ਨਹੀਂ ਨਹੀਂ, ਉਹੋ ਜਿਹੇ ਪੁਰਜੇ ਵਾਲੀ ਗੱਲ ਨਾ ਕਰੋ ਜੀ ਤੁਸੀਂ। ਮੈਂ ਮਸ਼ੀਨੀ ਪੁਰਜੇ ਦੀ ਗੱਲ ਹੀ ਕਰ ਰਿਹਾ, ਜਿਹੜੇ ਤੁਸੀਂ ਸਰੀਰ ਦੇ ਢਿੱਲੇ ਕੀਤੇ ਇਸ ਫਿਲਮ ਦੇ ਵਿੱਚ। ਮੈਨੂੰ ਪਤਾ ਲੱਗਿਆ ਕਿ ਇਸ ਫਿਲਮ ਦੇ ਵਿੱਚ 50 ਤੋਂ 55 ਮਿੰਟ ਦਾ ਤੁਸੀਂ ਐਕਸ਼ਨ ਸ਼ੂਟ ਕੀਤਾ, ਵਾਹ, ਮੈਨੂੰ ਲੱਗਦਾ ਕਿ ਪਹਿਲੀ ਵਾਰੀ ਹੋਏਗਾ ਕਿਸੇ ਫਿਲਮ। ਹਾਂਜੀ ਹਾਂਜੀ, ਪੰਜਾਬ ਦੇ ਵਿੱਚ ਤਾਂ ਮਤਲਬ ਇੰਨੀ ਵੱਡੀ ਮਤਲਬ ਐਕਸ਼ਨ ਫਿਲਮ, ਬਾਕੀ ਬਹੁਤ ਵੱਡੀਆਂ ਫਿਲਮਾਂ ਹੈਗੀਆਂ ਪੰਜਾਬ 'ਚ, ਐਕਸ਼ਨ ਫਿਲਮ ਬਹੁਤ ਮਤਲਬ ਮੈਂ ਕਹੂੰਗਾ ਕਿ 2 ਘੰਟੇ ਦੀ ਲੈਂਥ ਦੇ ਵਿੱਚ 50 ਤੋਂ 55 ਮਿੰਟ ਦਾ ਐਕਸ਼ਨ ਹੈਗਾ, ਜਿਹਦੇ ਵਿੱਚ ਲਾਸਟ 30 ਮਿੰਟ ਦਾ ਕਲਾਈਮੈਕਸ ਹੀ ਹੈ, ਜਿਹਦੇ ਵਿੱਚ ਅਪਰੋਕਸੀਮੇਟਲੀ 3,000 ਗੋਲੀਆਂ ਚੱਲੀਆਂ। ਇਸ ਜਿਹੜਾ ਐਕਸ਼ਨ ਨੂੰ ਡਿਜ਼ਾਈਨ ਕੀਤਾ ਗਿਆ, ਐਕਸ਼ਨ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਐਕਸ਼ਨ ਡਿਜ਼ਾਈਨ ਕੀਤਾ ਜਾਂਦਾ, ਤਾਂ ਇੱਕ ਕਾਫੀ ਵੱਡੇ ਐਕਸ਼ਨ ਡਾਇਰੈਕਟਰ ਦੀ ਵੀ ਜ਼ਰੂਰਤ ਪੈਂਦੀ ਹੈ, ਅਤੇ ਇਸ ਫਿਲਮ ਦਾ ਐਕਸ਼ਨ ਜਿਹੜਾ ਡਿਜ਼ਾਈਨ ਕੀਤਾ ਉਹ ਕਿਹਨੇ ਕੀਤਾ? ਮੈਂ ਓਬਵੀਅਸਲੀ, ਐਕਚੁਅਲੀ ਪਤਾ ਕੀ ਸੀ, ਇਹ ਫਿਲਮ ਨਾ ਮੇਰੇ ਦਿਲ ਦੇ ਬਹੁਤ ਨੇੜੇ ਸੀਗੀ, ਇਹਨੂੰ ਲੈ ਬਣਾਉਣ ਵਾਸਤੇ ਟਾਈਮ ਵੀ ਬਹੁਤ ਲੱਗਿਆ, ਅਤੇ ਜਦੋਂ ਮੈਂ ਸਕ੍ਰਿਪਟ ਪੜ੍ਹੀ ਜਾਂਦੀ ਅਤੇ ਮੈਨੂੰ ਲੱਗਿਆ ਕਿ ਇਹਦਾ ਜਿਹੜਾ ਐਕਸ਼ਨ ਹੈਗਾ ਵਾ, ਇਹ ਜੋ ਮੇਰਾ ਵਿਜ਼ਨ ਸੀਗਾ ਜਾਂ ਮੇਰਾ ਜੋ ਮੈਨੂੰ ਮਤਲਬ ਰਾਤ ਜਦੋਂ ਸਕ੍ਰਿਪਟ ਪੜ੍ਹਦਾ ਸੀ, ਰਾਤ ਨੂੰ ਸੌਂਦਾ ਸੀ, ਉੱਡਦਾ ਸੀ, ਖਾਂਦਾ ਸੀ, ਪੀਂਦਾ, ਅਤੇ ਮੈਨੂੰ ਨਾ ਉਹ ਐਕਸ਼ਨ ਸੀਕੁਐਂਸ ਮੇਰੇ ਸਾਹਮਣੇ ਚੱਲਦੇ ਹੁੰਦੇ ਸੀ, ਅਤੇ ਮੈਂ ਫਿਰ ਪ੍ਰੋਪਰ ਉਸਨੂੰ ਡਿਜ਼ਾਈਨ ਕੀਤਾ। ਜੇ 2 ਐਕਸ਼ਨ ਡਾਇਰੈਕਟਰ ਸਾਡੀ ਫਿਲਮ 'ਚ, ਵਿਸ਼ਾਲ ਭਾਰਗਵ ਅਤੇ ਸਿੰਘ ਇਜ਼ ਕਿੰਗ, ਅਤੇ ਉਹਨਾਂ ਨਾਲ ਜਦੋਂ ਮੇਰੀ ਡਿਸਕਸ਼ਨ ਹੋਈ ਤਾਂ ਮੈਂ ਉਹਨਾਂ ਨੂੰ ਸਾਰੀ ਡਿਟੇਲਿੰਗ ਦੱਸੀ ਕਿ ਮੈਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ 'ਚ ਇਹ ਚਾਹੁੰਦਾ, ਇੱਥੇ ਆਹ ਐਕਸਪ੍ਰੈਸ਼ਨ ਚਾਹੀਦਾ, ਇੱਥੇ ਗੋਲੀ ਚੱਲਣੀ ਚਾਹੀਦੀ ਹੈ, ਇੱਥੋਂ ਬੰਦੇ ਦੀ ਮੂਵਮੈਂਟ ਆਹ ਹੋਵੇ, ਟੋਟਲ ਉਹਨਾਂ ਨੂੰ ਮਤਲਬ ਪ੍ਰੋਪਰ ਵੇ ਨਾਲ ਦੱਸਿਆ ਗਿਆ। ਸਾਗਰ ਜੀ ਨੇ ਇੱਕ ਕਾਸਟਿੰਗ ਦੀ ਗੱਲ ਜੇ ਮੈਂ ਕਰਾਂ, ਤਾਂ ਇਹ ਵੀ ਬੜੀ ਜ਼ਰੂਰੀ ਹੁੰਦੀ ਨਾ ਜੇ ਐਕਸ਼ਨ ਕਰਾਉਣਾ ਹੈ, ਮੈਂ ਉਹਨਾਂ ਦੀ ਗੱਲ ਦੱਸ ਰਿਹਾ ਕਿ ਉਹਨਾਂ ਦੀ ਜਿਹੜੀ ਕਾਸਟਿੰਗ ਉਹਨਾਂ ਨੇ ਕਰੀ ਹੈ ਐਕਸ਼ਨ ਕਰਾਉਣ ਵਾਸਤੇ ਤੁਹਾਡੇ ਕੋਲੋਂ, ਕਿ ਇਹੋ ਜਿਹਾ ਹੀ ਚਾਹੇ ਮੇਰੇ ਵਰਗਾ ਵਿਚਾਰਾ ਐਕਸ਼ਨ ਕਰੇ ਤਾਂ ਕੀ ਕਰੇ? ਨਹੀਂ ਨਹੀਂ, ਕਿਉਂ ਸਰ, ਅੰਦਰ ਗੱਲਬਾਤ ਹੋਣੀ ਚਾਹੀਦੀ ਹੈ, ਕਿਉਂ ਉਹਦੇ 'ਚ ਕੀ ਹੈ, ਸਰੀਰ ਤਾਂ ਕੋਈ ਵੀ ਬਣਾ ਸਕਦਾ, ਐਡੀ ਕੋਈ ਗੱਲ ਨਹੀਂ, ਅੰਦਰੋਂ ਜਜ਼ਬਾ ਅੰਦਰੋਂ ਉੱਠਦਾ ਬੰਦੇ 'ਤੇ, ਅਸਲੀ ਤਾਕਤ ਇਨਸਾਨ ਦੀ ਹਮੇਸ਼ਾ ਅੰਦਰ ਹੁੰਦੀ ਹੈ, ਸਰੀਰ ਤਾਂ ਬਣ ਜਾਂਦਾ, ਐਡੀ ਕੋਈ ਗੱਲ ਨਹੀਂ। ਅਤੇ ਜਦੋਂ ਤੁਸੀਂ ਹੁਣ ਇਸ ਫਿਲਮ ਦਾ ਐਕਸ਼ਨ ਕੀਤਾ 55 ਮਿੰਟ ਦਾ, ਐਕਟਿੰਗ ਦੇ ਨਾਲ ਨਾਲ ਐਕਸ਼ਨ ਮਜ਼ਾ ਰਿਹਾ? ਬਿਲਕੁਲ ਮਜ਼ਾਦਾਰ ਆਇਆ ਜੀ। ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਐਜ਼ ਐਨ ਐਕਟਰ ਬੜੀ ਚੈਲੇਂਜਿੰਗ ਫਿਲਮ ਸੀਗੀ, ਅਤੇ ਪੰਜਾਬ ਜਿਵੇਂ ਭਾਅ ਜੀ ਨੇ ਦੱਸਿਆ, ਮੈਮ ਨੇ ਦੱਸਿਆ ਕਿ ਇੰਨਾ ਐਕਸ਼ਨ ਕਦੇ ਮੌਕਾ ਹੀ ਨਹੀਂ ਮਿਲਦਾ ਕਰਨ ਦਾ, ਸਾਨੂੰ ਮਿਲਿਆ ਅਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਕੀਤਾ ਇਹ। ਭਾਅ ਜੀ ਤੁਸੀਂ ਆਪਣੇ ਕਰੈਕਟਰ ਬਾਰੇ ਦੱਸੋ, ਤੁਹਾਡੀ ਟੈਗਲਾਈਨ ਕੀ ਹੈ ਇਸ ਫਿਲਮ ਦੇ ਵਿੱਚ? ਮੇਰੇ ਕੈਰੇਕਟਰ ਜਿਹਦਾ ਨਾਂ ਹੈ ਬਿੰਦਾ, ਉਹਦੀ ਟੈਗਲਾਈਨ ਹੈ ਕਿ ਜਦ ਜਿਉਣਾ ਅਤੇ ਮਰਨਾ ਰੱਬ ਦੇ ਹੱਥ ਹੈ ਤਾਂ ਫਿਰ ਬੰਦੇ ਦਾ ਕਾਹਦਾ ਡਰ। ਇਹੀ ਚੀਜ਼ਾਂ ਨੇ ਨਾ ਮੈਨੂੰ ਕੀਲ ਕੇ ਰੱਖਤਾ, ਸੱਚੀ ਮੈਂ ਕਹਾਂ। ਐਕਚੁਅਲੀ ਪਤਾ ਕੀ ਸੀ ਭਾਅ ਜੀ, ਜਦੋਂ ਇਹ ਫਿਲਮ ਮੈਂ ਤੁਹਾਨੂੰ ਦੱਸ ਰਿਹਾ, ਸਕ੍ਰਿਪਟ ਜਦੋਂ ਅਜੇ ਭਾਅ ਜੀ ਨੇ ਮੈਨੂੰ ਭੇਜੀ ਸੀਗੀ, ਤਾਂ ਮੈਂ ਜਦੋਂ ਫਿਲਮ ਪੜ੍ਹੀ ਤਾਂ ਮੈਂ ਕਿਹਾ ਦਿਸ ਇਜ਼ ਫਿਲਮ, ਮਤਲਬ ਇਹ ਨਹੀਂ ਕਹਿ ਸਕਦਾ ਕਿ ਆਹ ਦੋ ਮੇਰੇ ਨਾਲ ਖੜਿਆ ਕਰੈਕਟਰ ਬੜੇ ਮਜ਼ਬੂਤ ਕਰੈਕਟਰ ਆ ਮੇਰੀ ਫਿਲਮ 'ਚ, ਮਤਲਬ ਥੰਬ ਹੈ, ਠੀਕ ਹੈ, ਮਤਲਬ ਹਰ ਬੰਦਾ ਨਾ ਨੀਂਹ ਵੀ ਹੈ, ਮਤਲਬ ਕੋਈ ਐਂ ਨਹੀਂ ਕਿ ਕਿਸੇ ਨੂੰ ਪਿੱਲਰ ਬਣਾਇਆ, ਕਿਸੇ ਨੂੰ ਛੱਤ ਪਰ, ਸਾਰਿਆਂ ਦੀ ਨੀਂਹ ਇੰਨੀ ਮਜ਼ਬੂਤ ਹੈ ਕਰੈਕਟਰ ਦੀ ਕਿ ਹਰ ਕਰੈਕਟਰ ਆਪ
ਫਿਲਮ ਹੀਰੋ ਹੈ, ਮਤਲਬ ਐਂ ਨਹੀਂ ਕਿ ਪ੍ਰੀਤ ਨਜ਼ਰ ਆਓ, ਪ੍ਰੀਤ ਨੂੰ ਜਦੋਂ ਤੁਸੀਂ ਦੇਖੋਗੇ ਇਸ ਫਿਲਮ ਦੇ ਵਿੱਚ ਜਾਂ ਕੀਤੀਕਾ ਨੂੰ ਦੇਖੋਗੇ ਤੁਸੀਂ, ਜੇ ਮਿਹਰ ਹੈਗੀ ਹੈ ਤਾਂ ਤੁਹਾਨੂੰ ਮਿਹਰ ਨਜ਼ਰ ਆਊਗੀ, ਔਰ ਮਿਹਰ ਵਰਗੀਆਂ 50 ਕੁੜੀਆਂ ਤੁਹਾਨੂੰ ਇਹੋ ਜਿਹੀਆਂ ਨਜ਼ਰ ਆਉਣਗੀਆਂ ਕਿ ਇਹੋ ਜਿਹੀਆਂ ਹੁੰਦੀਆਂ। ਪ੍ਰੀਤ ਵਰਗੇ 50 ਮੁੰਡੇ ਜਿਹੜੇ ਨੇ ਬਿੰਦੇ ਦਾ ਕਰੈਕਟਰ ਨਿਭਾਇਆ, ਬੜਾ ਰੀਅਲਿਜ਼ਮ, ਮਤਲਬ ਰਿਐਲਿਟੀ ਦੇ ਇੰਨਾ ਕੁ ਨੇੜੇ ਆ ਨਾ, ਤੁਸੀਂ ਅਪ ਲੱਭੋਗੇ ਲੱਭੋਗੇ ਨਹੀਂ, ਮਤਲਬ ਜਾਣਦੇ ਹੀ ਹੋ ਕਈ ਲੋਕਾਂ ਨੂੰ, ਕਹੋਗੇ ਯਾਰ ਫਲਾਣੇ ਦਾ ਮੁੰਡਾ ਇਹੋ ਜਿਹਾ ਵਾ, ਮਤਲਬ ਇਸ ਤਰ੍ਹਾਂ ਤੁਸੀਂ ਕਰੋਗੇ, ਬਾਕੀ ਕਰੈਕਟਰ ਵੀ ਇਸ ਤਰ੍ਹਾਂ ਹੀ ਹੈ ਸਰ। ਸੋ ਮਿਹਰ ਦਾ ਕਿਰਦਾਰ ਜੋ ਤੁਸੀਂ ਨਿਭਾ ਰਹੇ ਸੀਗੇ, ਤਾਂ ਮੈਨੂੰ ਇਹ ਲੱਗਦਾ ਕਿ ਕੁੜੀ ਜਿਹੜੀ ਚੀਜ਼ ਤੁਸੀਂ ਡਾਇਲੋਗਸ ਦੇ ਵਿੱਚ ਕਹੀ ਹੈ ਕਿ ਸਾਨੂੰ ਟੋਟਾ ਜਾਂ ਪੁਰਜੇ ਕਹਿਣ ਵਾਲੇ ਹੋ, ਇਹ ਕੁੜੀਆਂ ਨੇ ਆਪ ਕਦੀ ਤੁਸੀਂ ਵੀ ਫੀਲ ਕੀਤੀ ਸੀ ਇਹ ਚੀਜ਼? ਹਾਂ, ਬਹੁਤ ਜਾਣਿਆਂ ਨੇ ਕੀਤਾ, ਮਤਲਬ ਅਸੀਂ ਕਾਲਜ ਲਾਈਫ ਤੋਂ ਲੰਘੇ ਹਾਂ, ਸੋ ਕਰਦੇ ਹਾਂ, ਈਵਨ ਕਿਤੇ ਜਾਂਦੇ ਹਾਂ ਅਤੇ ਸਟੇਅਰਿੰਗ ਤਾਂ ਨੋਰਮਲ ਹੈ, ਹੁੰਦੀ ਹੈ, ਮਤਲਬ ਇਹ ਹਜੇ ਤੱਕ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੁੰਦੀ, ਇਹ ਹੁੰਦੀ ਹੈ, ਅਸੀਂ ਫੀਲ ਵੀ ਕੀਤਾ, ਇੰਸੀਡੈਂਟ ਵੀ ਹੋਏ ਨੇ ਬਹੁਤ ਸਾਰੇ, ਐਕਸ਼ਨ ਵੀ ਲਿੱਤਾ, ਜਿੱਦਾਂ ਮੈਂ ਇਸ ਫਿਲਮ 'ਚ ਹਾਂ ਗਾਲਾਂ ਨਹੀਂ ਕੱਢੀਆਂ ਮੈਂ, ਪਰ ਐਕਸ਼ਨ ਜ਼ਰੂਰ ਲਿੱਤਾ, ਕਿਉਂਕਿ ਮੇਰਾ ਮੰਨਣਾ ਇਹ ਆ ਕਿ ਤੁਸੀਂ ਕਿਸੇ ਨੂੰ ਵੀ ਆਪਣੇ ਨਾਲ ਲੈ ਕੇ ਨਹੀਂ ਚੱਲੂਗੇ ਪ੍ਰੋਟੈਕਸ਼ਨ ਲਈ, ਤੁਹਾਨੂੰ ਆਪਣੀ ਪ੍ਰੋਟੈਕਸ਼ਨ ਆਪ ਕਰਨੀ ਪਏਗੀ, ਰਾਈਟ? ਅਤੇ ਇਹਦੇ ਵਿੱਚ ਮੇਰੇ ਕਰੈਕਟਰ ਨੇ ਇਹੀ ਸਾਰਿਆਂ ਨੂੰ ਦੱਸਿਆ ਕਿ ਸ਼ੋਅ ਕੀਤਾ ਆ ਕਿ ਕੁੜੀਆਂ ਜਿਹੜੀਆਂ ਆ ਨਾ, ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ, ਉਹਨੂੰ ਉਸੇ ਇੰਸਟੈਂਟ ਐਕਸ਼ਨ ਲੈਣਾ ਚਾਹੀਦਾ, ਸੋ ਦੈਟ ਅੱਗੇ ਉਸ ਮੁੰਡੇ ਦੀ ਹਿੰਮਤ ਨਾ ਹੋਵੇ, ਜੇ ਉਹ ਥੋੜ੍ਹੀ ਦੇਰ ਚੁੱਪ ਹੋ ਗਈ ਨਾ ਤਾਂ ਮੁੰਡਾ ਸੋਚੂਗਾ ਹਾਂ ਬਈ ਚੱਲ ਅੱਜ ਚੁੱਪ ਹੋ ਗਈ, ਫਿਰ ਤੰਗ ਕਰੂਗੇ, ਸੋ ਇੰਸਟੈਂਟ ਐਕਸ਼ਨ ਹੋਊਗਾ ਅਤੇ ਉਹ ਇੱਕ ਵਾਰੀ ਸੋਚੂਗਾ ਕਿ ਨਹੀਂ। ਅਤੇ ਡੈਬਿਊ ਫਿਲਮ ਦੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਜਦੋਂ ਤੁਸੀਂ ਨਿਭਾਉਂਦੇ ਹੋ ਜੀ, ਮੈਮ ਨੇ ਸਵਾਲ ਪੁੱਛਿਆ ਨਾ ਕਿ ਤੁਹਾਡੇ ਨਾਲ ਕਦੇ ਪਰਸਨਲ ਲਾਈਫ 'ਚ ਇੱਦਾਂ, ਹੁਣ ਕਿੰਨੇ ਆਰਾਮ ਨਾਲ ਕਿਹਾ ਕਿ ਹਾਂ ਹੋਇਆ, ਇਹ ਨੋਟਿਸ ਕੀਤਾ ਤੁਸੀਂ? ਇਹ ਆਪਣਾ ਸਮਾਜ ਹੈ ਅਤੇ ਜੋ ਅਸੀਂ ਇੱਦਾਂ ਦੀ ਫਿਲਮ ਬਣਾਉਂਦੇ ਤਾਂ ਚੁੱਭਦੀ ਹੈ ਲੋਕਾਂ ਨੂੰ, ਆਹ ਗੱਲ ਤੁਸੀਂ ਦੇਖੋ ਅਤੇ ਕਿਉਂ ਨਾ ਕੈਜੂਅਲੀ ਕਿ ਇੱਕ ਆਰਟਿਸਟ ਹੈ ਜਿਹੜਾ ਜਿਹਨੇ ਦੁਨੀਆ ਘੁੰਮੀ ਹੈ, ਕਿੰਨੀ ਜਗ੍ਹਾ ਗਈ ਹੈ, ਬੰਬੇ ਗਈ ਹੈ, ਪੰਜਾਬ 'ਚੋਂ ਗਈ ਹੈ, ਉਸ ਬੰਦੇ ਨਾਲ ਵੀ ਕਿੰਨਾ ਕੁਛ ਹੋਇਆ, ਤਾਂ ਆਮ ਜਿਹੜਾ ਬੰਦਾ ਜਿਹੜਾ ਵਿਚਾਰਾ ਇਹ ਵੀ ਪੁੱਛਦਾ ਕਿ ਮੰਮਾ ਮੈਂ ਆਹ ਕਰ ਲਾਂ, ਉਹਦੇ ਨਾਲ ਸੋਚੋ ਕੀ ਧੱਕਾ ਹੁੰਦਾ। ਇਹ ਅਸੀਂ ਗੱਲ ਕਰ ਰਹੇ ਹਾਂ ਉਸ ਧੱਕੇ ਦੀ, ਅਤੇ ਸਾਡੇ ਮਤਲਬ ਵਿਰੋਧ ਵੀ ਹੋ ਰਿਹਾ ਕਿ ਤੁਸੀਂ ਐਂ ਕਰ ਰਹੇ ਹੋ, ਯਾਰ ਅਸੀਂ ਇਹੀ ਤਾਂ ਦਿਖਾ ਰਹੇ ਹਾਂ ਕਿ ਕੁੜੀ ਨੂੰ ਮਤਲਬ ਕੁਛ ਬੋਲਦੇ ਤਾਂ ਮਤਲਬ ਲੋਕਾਂ ਨੂੰ ਐਂ ਲੱਗ ਰਿਹਾ, ਮਤਲਬ ਐਂ ਫੀਲ ਹੋ ਰਿਹਾ ਕਿ ਯਾਰ ਇਹ ਕੌਣ ਹੁੰਦੀ ਬੋਲਣ ਵਾਲੀ, ਅਤੇ ਕੁੜੀ ਨੂੰ ਤੁਸੀਂ ਕੁਛ ਵੀ ਬੋਲੀ ਜਾਓ, ਕਿਉਂਕਿ ਜਦੋਂ ਤੁਸੀਂ ਮੂਵੀ ਦੇਖੋਗੇ ਨਾ ਤੁਹਾਨੂੰ ਹਰ ਇੱਕ ਕਰੈਕਟਰ ਰੀਅਲ ਲੱਗੂਗਾ, ਤੁਹਾਨੂੰ ਲੱਗੂਗਾ ਕਿ ਹਰ ਕੁੜੀ ਵੀ ਮਤਲਬ ਹਰ ਕੁੜੀ ਕਨੈਕਟ ਕਰੂਗੀ ਕਿ ਯਾਰ ਕਦੀ ਨਾ ਕਦੀ ਮੇਰੇ ਨਾਲ ਇੱਦਾਂ ਹੋਇਆ ਸੀ, ਅਤੇ ਸ਼ਾਇਦ ਮੈਂ ਜਿਹੜਾ ਇਹਨੇ ਕੀਤਾ ਨਾ ਸਾਰੀਆਂ ਕੁੜੀਆਂ ਨੂੰ ਵੀ ਉਵੇਂ ਕਰਨਾ ਚਾਹੀਦਾ। ਮੈਂ ਮੇਰਾ ਇਹ ਮੈਸੇਜ ਹੈ ਕਿ ਜਿਹੜੇ ਇਹਨੇ ਹਰਕਤ ਮੁੰਡਿਆਂ ਨਾਲ ਕੀਤੀ ਹੈ ਨਾ, ਹੁਣੀ ਤੋਂ ਟੀਜ਼ਰ ਦੇਖਿਆ ਜਿਵੇਂ ਤੋਂ ਇਹਨੇ ਦੱਸਿਆ ਕਿ ਮੈਨੂੰ ਮੁੰਡਾ ਮੋਢਾ ਮਾਰ ਕੇ ਲੰਘਿਆ, ਉਹ ਨਹੀਂ ਦੇਖਿਆ ਕਿਸੇ ਨੇ, ਇਹ ਦੇਖ ਲਿਆ ਕਿ ਕਿਹਾ ਖੜ ਜਾ ਤੇਰੀ, ਉਹ ਸਭ ਨੇ ਦੇਖ ਲਿਆ ਅਤੇ ਉਸ ਚੀਜ਼ ਦਾ ਵਿਰੋਧ ਕਰ ਰਿਹਾ, ਲੇਕਿਨ ਇਹ ਨਹੀਂ ਦੇਖਿਆ ਕਿ ਵਿਚਾਰੀ ਨੂੰ ਹੋਰ ਕੀ ਪਤਾ ਪਹਿਲੀ ਵਾਰੀ ਮੋਢਾ ਮਾਰਿਆ ਕਿ 10ਵੀਂ ਵਾਰੀ ਮਾਰਿਆ ਕਿ 50ਵੀਂ ਵਾਰੀ ਮਾਰਿਆ, ਕੀ ਪਤਾ ਉਹਦਾ ਗ੍ਰਸਤਾ ਰੋਕਦਾ ਹੋਵੇ। ਪਹਿਲੀ ਵਾਰ ਮਾਰਿਆ ਮਾਰਿਆ ਕਿਉਂ ਪਹਿਲੀ ਵਾਰੀ ਮਾਰਿਆ ਇੱਕ ਪਰਸਨਲ ਕਿਵੇਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਤੁਸੀਂ ਗੱਲ ਕਰ ਲਓ, ਆਰਾਮ ਨਾਲ ਗੱਲ ਕਰੋ, ਆਪਣੀ ਗੱਲ ਰੱਖੋ, ਮੈਂ ਨਹੀਂ ਕਹਿ ਰਿਹਾ ਮੁੰਡੇ ਕੁੜੀਆਂ ਗੱਲ ਨਹੀਂ ਕਰ ਸਕਦੇ, ਤੁਹਾਨੂੰ ਕੋਈ ਹੈ, ਤੁਹਾਨੂੰ ਕੋਈ ਕੁੜੀ ਪਸੰਦ ਆ ਗਈ, ਤੁਹਾਨੂੰ ਕੋਈ ਮੁੰਡਾ ਪਸੰਦ ਆ ਗਿਆ, ਜਾਂ ਮੈਂ ਇਹਦੇ ਨਾਲ ਗੱਲ ਕਰਨੀ, ਗੱਲ ਕਰਨ ਦਾ ਇੱਕ ਵੇ ਵੀ ਤਾਂ ਹੁੰਦਾ, ਹੁਣ ਇਹ ਕੀ ਤਰੀਕਾ ਹੋਇਆ ਹਾਂ ਵੀ, ਅਤੇ ਇਹ ਨੈਚੁਰਲੀ ਇਹ ਮੈਨੂੰ ਕੀ ਕਰੂਗਾ, ਮੇਰਾ ਸਵਾਗਤ ਕਰੂਗਾ, ਨਹੀਂ ਕਰੂਗਾ, ਓਬਵੀਅਸਲੀ ਪੰਜਾਬੀ 'ਚ ਮੋਟੇ ਮੋਟੇ ਦੋ ਹੈਲਪਿੰਗ ਵਰਬਸ ਲਾਵਾਂਗੇ ਦੋ ਕੁਟ ਨਾ, ਹੁਣ ਕੁੜੀ ਦੀ ਮਾਂ ਫੜ ਕੇ ਉਹਨੂੰ ਕਹੋਗੇ ਚੱਲ ਮੇਰੇ ਨਾਲ, ਕਿਉਂ ਜਾਊਗੀ ਉਹ? ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਤੁਸੀਂ ਆਪਣੇ ਦਿਲ ਦੀ ਗੱਲ ਕਹਿੰਦੇ ਹੋ, ਤਾਂ ਨਾ ਸੁਣਨ ਦੀ ਹਿੰਮਤ ਵੀ ਰੱਖੋ, ਹੈ ਨਾ, ਇਹ ਬਹੁਤ ਜ਼ਰੂਰੀ ਹੈ। ਅਤੇ ਜਿੱਦਾਂ ਤੁਸੀਂ ਕਿਹਾ ਕਿ ਸਿਨੇਮਾ ਇੱਕ ਵਾਕਈ ਇੱਦਾਂ ਦੀ ਚੀਜ਼ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਆਡੀਅੰਸ ਦੇ ਅੱਗੇ ਲਿਆ ਕੇ ਰੱਖ ਸਕਦਾ, ਕਿ ਕਿਹੜੇ ਇੱਕ ਤੁਹਾਡਾ ਟੀਜ਼ਰ ਵੀ ਆਇਆ ਸੀ ਜਿਹਦਾ ਕਾਫੀ ਵਿਰੋਧ ਹੋ ਰਿਹਾ, ਲੋਕ ਗਾਲਾਂ ਵੀ ਕੱਢ ਰਹੇ ਨੇ ਥੱਲੇ, ਬਟ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਸ ਜਦੋਂ ਸਿਲਵਰ ਸਕਰੀਨ 'ਤੇ ਆਉਂਦੀਆਂ ਨੇ ਤਾਂ ਉਹਦੀ ਪਹਿਚਾਣ ਕਰਨ ਵਾਲੇ ਸਹੀ ਬੰਦੇ ਵੀ ਕੁਰਸੀਆਂ 'ਤੇ ਬੈਠੇ ਹੁੰਦੇ ਆ, ਅੱਜ ਦੀ ਜੇ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਵਾਕਈ ਇਹ ਸਹੀ ਹੈ ਜਾਂ ਗਲਤ ਹੈ। ਜੇ ਅੱਜ ਕੱਲ੍ਹ ਦੇ ਲੋਕ ਵੈਬ ਸੀਰੀਜ਼ ਦੇ ਵਿੱਚ ਗਾਲਾਂ ਦੇਖਦੇ ਨੇ ਤਾਂ ਦੇਖਦੇ ਨੇ ਕਿ ਉਹ ਵਾਕਈ ਰਿਐਲਿਟੀ ਦੇ ਨੇੜੇ ਹੁੰਦੀਆਂ। ਮੈਂ ਸਰ ਉਹੀ ਤਾਂ ਕਹਿ ਰਿਹਾ, ਤੁਸੀਂ ਆਪਾਂ ਹੁਣ ਇੱਥੇ ਇੰਟਰਵਿਊ ਕਰ ਰਹੇ ਹਾਂ, ਜਦੋਂ ਥੋੜ੍ਹੀ ਜਿਹੀ ਦੇਰ ਬਾਹਰ ਹੋ ਜਾਓ ਅਤੇ ਵੈਸੇ ਹੀ 10 ਮਿੰਟ ਖੜ੍ਹੇ ਹੋ ਗਏ ਨਾ ਰੋਡ 'ਤੇ, ਐਂ ਦੇਖਣਾ ਸ਼ੁਰੂ ਕਰ ਦਿਉ, ਮੈਂ ਤੁਹਾਨੂੰ ਦਿਖਾ ਦੂੰਗਾ ਕਿ ਘੱਟੋ ਘੱਟ ਤੁਸੀਂ 10-20-25 ਗਾਲਾਂ ਸੁਣ ਚੁੱਕੇ ਹੋਵੋਗੇ, ਠੀਕ ਹੈ? ਅਤੇ ਉਹੀ ਤਾਂ ਮੈਂ ਦਿਖਾ ਰਿਹਾ, ਜਾਂ ਤਾਂ ਬੰਦ ਕਰੋ ਨਾ ਫਿਰ, ਸਮਝੋ, ਜੇ ਤੁਸੀਂ ਇੰਨੇ ਸਮਝਦਾਰ ਹੋ ਸਾਡਾ ਵਿਰੋਧ ਕਰਦੇ ਹੋ ਤਾਂ ਖੁਦ ਸਮਝਦਾਰ ਬਣ ਨਾ ਕੱਢੋ। ਕੱਲ੍ਹ ਪਰਸੋਂ ਮੰਦਿਰ ਗਏ ਸਵੇਰੇ, ਮੰਦਿਰ ਸਾਹਮਣੇ ਲੋਕ ਲੜ ਰਹੇ, ਗਾਲਾਂ ਕੱਢ ਰਹੇ ਇੱਕ ਦੂਜੇ ਨੂੰ, ਦੱਸੋ ਪੰਜਾਬ ਹੈ, ਅਸੀਂ ਹਿੰਦੂ ਸਿੱਖ ਦੀ ਤਾਂ ਗੱਲ ਹੀ ਨਹੀਂ ਕਰ ਰਹੇ, ਤਾਂ ਤੁਸੀਂ ਆਪਣੀ ਉਹਦੀ ਗੱਲ ਕਰ ਰਹੇ, ਨੇਚਰ ਦੇਖੋ ਆਪਣਾ ਕਿ ਅਸੀਂ ਅੰਦਰੋਂ ਇੱਦਾਂ ਦੇ ਹੋ ਚੁੱਕੇ ਹਾਂ। ਸੋ ਕ੍ਰਿਤਿਕਾ ਜੀ, ਜਦੋਂ ਤੁਹਾਡਾ ਕਰੈਕਟਰ ਸੀਗਾ ਤੁਹਾਡੇ ਸਾਹਮਣੇ ਆਇਆ ਕਿ ਡੈਬਿਊ ਫਿਲਮ ਦੇ ਵਿੱਚ ਮੈਂ ਇੱਦਾਂ ਦਾ ਕਰੈਕਟਰ ਕਰਨਾ ਹੈ ਕਿ ਹਾਂ ਵਾਕਈ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਮੇਰੇ ਤੋਂ ਥੋੜ੍ਹਾ ਇੰਸਪੀਰੇਸ਼ਨ ਵਾਲੀ ਫੀਲਿੰਗ ਆਊਗੀ, ਤਾਂ ਤੁਹਾਨੂੰ ਕਿੱਦਾਂ ਦਾ ਲੱਗੇ? ਮੈਂ ਐਕਚੁਅਲੀ ਮਤਲਬ
करना चाहिए लोगों को मैसेज मिलेगा एक कुड़ी मैसेज दूंगी सारिया नू सो इतने नालों ज़्यादा तो सानू परेशानी सी कि स्क्रिप्ट दे कि केड़ी कुड़ी हाँ करूगी वो ये पढ़ ले क्योंकि असी पता की है फिल्म शुरू हो चुकी थी सिर्फ इस करैक्टर वास्ते वेट सी क्योंकि असी जिन्हों भी कहें नहीं नहीं मैं नहीं मैं यहो जी नहीं है मैं यहो जी मैं क्या कौन कहता यहो जहा मैं थोड़ी चाहता तुम यहोजा बनो लेकिन तुहाडे थ्रू कुछ होर चीज़ जा रही है अगे होर कुड़ियां नू समझ आ रही है कि लाइफ इस तरह भी जी जा सकती है मतलब अपने आप नू बोल्ड करके भी तो जिया जा सकता की प्रॉब्लम है जो मुंडा कुड़ी नू छेड़न आ सकता तो कुड़ी नहीं जा सकती हाँ भी की तकलीफ है सो मैनू बड़ा मतलब चैलेंजिंग सीगा मेरे लिए पर मैंने बहुत सपोर्ट किया मेरी टीम ने मेरी कास्ट क्रू एवरीबडी सारे ने इन्ना सपोर्ट किया कि मैनू जो मैं सीन परफॉर्म करती सी पहला मैनू मेरे राइटर डायरेक्टर्स मेरे को लगते कि तू अज्यूम कर तेरे नाल हो रहा है सब कुछ तेरी फैमिली ये वो सब कुछ तो तू कि रिएक्ट करूँगी दैन आई डिड मैं किया मैनू सारे ने एप्रीशिएट भी किया कि बहुत वधिया किया वो तो तुम देख ही लोगे मूवी दे विच कि मैं किदा का काम किया काम तो सारे ने माइंड ब्लोइंग किया जी इस गल की तो मैं गरंटी करता काम करवाने वाले तुसी हो ना चलो मैं देखो इसका क्रेडिट ये मैं दे जान मैं काम करवाने वाला है मेरे ना चलो ये पहली बारी है ऑलरेडी मेरे ना प्रीत ने कंटिन्यूटी मतलब दूसरी फिल्म है इन्नी जबरदस्त कंटिन्यूटी है पिछले एक साल तो चाहूँगी कि मैं सर की तारीफ इसलिए कर दी हाँ क्योंकि पहले डायरेक्टर जिन्होंने रिस्क लिता नवे फेसिस से बिकॉज मैं जो तो मैं स्क्रिप्ट पढ़ी सी मैं एक्टर्स बारे भी पूछा सीगा कि कौन कौन ने मैनू कोई दिक्कत नहीं है कोई भी एक्टर होवे मैनू यह है कि मेरा रोल वधिया होना चाहिए मैनू वधिया प्रेजेंटेबल होना चाहिए आ जो तो मैनू यह पता लगा नवे चेहरे ने आई वॉज़ वेरी हैप्पी और मोर ओवर कि वो थिएटर तो ने मैं होर ज़्यादा खुश होगी कि सानू चांस मिल रहा है क्योंकि पंजाबी इंडस्ट्री बहुत घट डायरेक्टर्स ने जोड़े नवे फेसिस चांस देंगे ने या तो वो ऑलरेडी बहुत इस्टैबलिश ने जोड़े उन्होंने लैके आ रहे हैं या कोई सिंगरस ने सो एक्टर्स जोड़े इस इंडस्ट्री आ रहे हैं ना थिएटर तो पहला तो थिएटर से स्ट्रगल कर रहे हैं हूँ वो फिल्मों तक आने भी बहुत ज़्यादा स्ट्रगल करते हैं उन्होंने इतों तक पहुँचने बहुत प्रोसेस तो बाकी इस तरह जी रिस्क तो फिर हर जगह ही है लाइफ का भी रिस्क है बाहर निकलिया पता नहीं की होना है तो फिल्म है कोई गल नहीं असी रिस्क लिया पर इस रिस्क से कॉन्फिडेंट है कि 8 नवंबर नू तुसी हुण कई स्टार देखोगे एक होर खासियत है ना इस पोस्टर नू देख के कोई भी नहीं लगता कि किसी कोई ए कोई हाईलाइट हो रहा हो कुछ यह लगता कि सारे की फिल्म है सारे पहले कह रहे हैं ये फिल्म है बेसिकली ये फिल्म है असी पर्टिकुलर प्रीत लई मेरे लिए या इंदे लिए फिल्म नहीं बनी है फिल्म फिल्म लई बनी है इहदे विच तुहानू फ्रेंडशिप अपनी फैमिली का सब कुछ मिलेगा ये नहीं है कि सिर्फ मुंडिया खुंडिया दूसरा टाइटल है मित्रों नू शौक तेरा लेकिन फैमिली की फिल्म है यारी दोस्ती की फिल्म है साडी दो पार्ट है फिल्म दे एक फैमिली चल रही है एक नाल यारी दोस्ती चल रही है रियल लाइफ स्टोरी बेस्ड है पर जदों असी गल करते मित्रों नू शौक हथियारां दा असी गाणियां ते तां जरूर नच लैने आ ना व्याहां ते ला ला के बार बार रिपीट ते ला दे ते हुण मैनूं लगदा कि जदों ये टाइटल होया होगा तां ये भी कोई प्रॉब्लम आई सी प्रीत भाजी तुहानूं किसी ने कहा होवे कि तुसीं इदां दी फिल्म च क्यों काम कर रहे नहीं मैनूं सारे ने ऑलमोस्ट सपोर्ट किया ओके यार तेरे वर्गा बंदा ही कर सकदा है हुण पता कि पंगे लैण दा आदी है ते डायरैक्टर भी तां घेंट है ते ये बंदे करनगे इहो जिही चीज़ां तो मैनू बड़ी सपोर्ट आई सी पर हुण जिहड़ा थोड़ा बहुत वो चल रही है कॉन्ट्रोवर्सी मैं तो ध्यान नहीं दिंदा ना तो मैं कदे पढ़े थले कमेंट ने कुछ पढ़े नाले चलो चंगी गल है गल हो रही है थोड़ी बहुत लोगों को पता लग रहा अभी तो खुश हाँ जी मारो बाकी ये कहने साडी फिल्म देखो यार फिर सानू बोलो जी बिना वेखे तुसीं बोली जाने मैं जी कदे भी तीजी फिल्म है मेरी यह जिहड़ी रिलीज़ होगी तो मैं कदे भी अपने कंटेंट नू लैके अपनी परफॉर्मेंस से या कंटेंट नू लैके मैं कदे डाउट नहीं किया जे मैं किसी चीज़ मैं की है तो मैं ओपनली कहना हाँ जी मैं की है जी मैंने कुछ दिखाया मैं तो की है बिल्कुल जो भी इन्होंने बनाया वा जो भी इस फिल्म के बनया वो थोनू 8 नवंबर में सारे के सामने आ जाना कि रियलिटी के बेस नेड़े है ये फिल्म मित्रां शौक हथियार बिल्कुल थैंक यू सो मच जी तो मैं गुड लक देना सारी टीम को कि जो तुम एक मैसेज लैके चाहे वो किसी भी करैक्टर का हो फिल्म बनाई हो सारे जरूर पसंद है थैंक यू सो मच भाजी थैंक यू जी